ਤੁਸੀਂ ਦੇਖ ਰਹੇ ਹੋ YouTube ਚੈਨਲ ਸਾਡੀ ਧਰਤੀ ਸਾਡੇ ਲੋਕ ਨਵਾਂਪੁਰ ਜਿਹੜਾ ਹਰੀਕੇ ਬਾਈਪਾਸ ਹੈ ਉਸੇ ਅਸੀਂ ਮੌਜੂਦ ਹਾਂ ਤਸਵੀਰਾਂ ਤੁਸੀਂ ਇਸ ਇਸ ਸਾਈਡ ਤੇ ਵੀ ਦੇਖ ਸਕਦੇ ਹੋ ਕਿ ਜਿਹੜਾ ਜਿਹੜਾ ਇੱਥੋਂ ਹਰੀਕੇ ਬਾਈਪਾਸ ਹੈਗਾ ਇਹ ਸਾਈਡ ਜਿਹੜੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਕਿ ਐਮਰਜੈਂਸੀ ਹਾਲਾਤਾਂ ਵਾਸਤੇ ਐਨਡੀਆਰਫ ਦੀ ਟੀਮ ਵਾਸਤੇ ਜਿਹੜਾ ਰੱਖਿਆ ਹੋਇਆ ਤੇ ਆਹ ਦੇਖ ਲਓ ਤੁਸੀਂ ਸੇਵਾ ਵੀ ਜਾ ਰਹੀ ਹੈ ਸੇਵਾ ਬੜੀ ਵੱਡੇ ਪੱਧਰ ਤੇ ਆ ਸੰਪਰਦਾਇ ਸਰਹਾਲੀ ਬਾਬਾ ਤਾਰਾ ਸਿੰਘ ਜੀ ਔਰ ਬਾਬਾ ਸੁੱਖਾ ਸਿੰਘ ਜਿਹੜਾ ਮਜੂਦਾ ਮੁਖੀ ਹੈਗੇ ਉਹਨਾਂ ਵੱਲੋਂ ਬੜੇ ਵੱਡੇ ਪੱਧਰ ਤੇ ਜਿਹੜਾ ਕੜਮ ਪਿੰਡ ਹੈਗਾ ਸਾਹਮਣੇ ਜਿਹੜਾ ਬੀਤੇ ਦਿਨ 1:10 ਤੇ 19 ਤਰੀਕ ਨੂੰ ਜਿਹੜਾ ਇੱਥੋਂ ਬੰਨ ਟੁੱਟਿਆ ਸੀ ਬੜੇ ਵੱਡੇ ਪੱਧਰ ਤੇ ਉਹ ਜਿਹੜਾ ਉਧਰ ਸੇਵਾ ਚੱਲ ਰਹੀ ਏ ਤੁਸੀਂ ਪਾਣੀ ਦਾ ਵਹਾਅ ਵੀ ਦੇਖ ਸਕਦੇ ਹੋ ਅਸੀਂ ਹਰੀਕੇ ਬਾਈਪਾਸ ਇੱਥੇ ਵੱਡੇ ਪੁਲ ਤੇ ਨਵੇਂ ਪੁਲ ਤੇ ਖੜੇ ਹੈਗੇ ਆ ਤੁਸੀਂ ਪਾਣੀ ਦਾ ਵਹਾਅ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ बड़े बड़े पदਤੇ ਜਿਹੜੀ ਸਾਹਮਣੇ ਸੁਣਦੇ ਵਿੱਚ ਆਇਆ ਸੇਵਾਦਾਰਾਂ ਵੱਲੋਂ ਇਨਫੋਰਮੇਸ਼ਨ ਜਾਣਕਾਰੀ ਸਾਂਝੀ ਕੀਤੀ ਗਈ بڑے ਵੱਡੇ ਪੱਧਰ ਤੇ ਜਿਹੜਾ ਉੱਥੇ ਜਿਹੜੀ ਸੇਵਾ ਚੱਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਇੱਕ ਦੋ ਦਿਨ ਦੇ ਵਿੱਚ ਇਹ ਪੁਲ ਜਿਹੜਾ ਦਰਿਆ ਹੈਗਾ ਜਿਹੜਾ ਬਣ ਹੈਗਾ ਬੰਨਿਆ ਜਾ ਸਕਦਾ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਸੇਵਾਦਾਰਾਂ ਅੱਗੇ ਅੱਗੇ ਜਿਹੜੀ ਖਾਸ ਬੇਨਤੀ ਹੈ ਕਿ ਉਹ ਵੱਤ ਵੱਤ ਜਿਹੜੇ ਦੋਨਾਂ ਭਾਵੇਂ ਉਹ ਆਪਣਾ ਕੱਟੇ ਬਾਦਸ਼ਾਹ ਵਾਲੀ ਬੰਦ ਤੇ ਸਾਈਡ ਹੈ ਭਾਵੇਂ ਇਧਰਲੀ ਸਾਈਡ ਤੇ ਬੰਦ ਹੈਗਾ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤੇ ਜਾਣਕਾਰੀ ਇਹ ਹਰੇਕ ਲੋਕ ਤੱਕ ਪਹੁੰਚਾਓ ਧੰਨਵਾਦ ਜੀ ਹਾਂਜੀ